ਹਾਂਜੀ ਦੋਸਤੋ, ਗੁੱਡ ਮੋਰਨਿੰਗ। ਮੈਂ ਤੁਹਾਡਾ ਆਪਣਾ ਦੇਵਨ। ਅੱਜ ਤਕਰੀਬਨ 2 ਦਿਨ ਬਾਅਦ ਬਲੌਗ ਬਣਾਉਣ ਲੱਗਾ। ਇੱਕ ਤਾਂ ਗਰਮੀ ਬੜੀ ਸੀਗੀ, ਇੱਕ ਥੋੜ੍ਹਾ ਬੀਜੀ ਸੀਗੀ ਅਤੇ ਥੋੜ੍ਹਾ ਲੇਟ ਵੀ ਹੋ ਗਿਆ। ਅੱਜ ਮੈਂ 7 ਵਜੇ ਤਕਰੀਬਨ ਚਾਰਾ ਪਾਤਾ, ਆਪਣੀ ਆਪਣੀ ਜਗ੍ਹਾ 'ਤੇ ਖਾਣ ਲੱਗ ਪਈਆਂ, ਪੱਖੇ ਲੱਗੇ ਆ ਅਤੇ ਮੰਮੀ ਧਾਰ 'ਚ ਆਉਣ ਲੱਗੀ ਹੈ। ਅਤੇ ਇੱਕ ਖੁਸ਼ਖਬਰੀ ਹੋਰ, ਕੱਲ੍ਹ ਦਾ ਅਸੀਂ ਟੋਕਾ ਪੱਠੇ ਕੁਤਰਨ ਵਾਲਾ ਟੋਕਾ ਲੈਂਦਾ, ਉਹ ਵੀ ਤੁਹਾਨੂੰ ਮੈਂ ਦਿਖਾਉਂਦਾ। ਟੋਕਾ ਹੈਗਾ ਇੰਪੋਰਟਡ ਅਤੇ ਨਵੇਂ ਤਰੀਕੇ, ਜਿੱਦਾਂ ਸਾਡੇ ਪੰਜਾਬ 'ਚ ਜਾਂ ਇੰਡੀਆ ਚੱਲਦੇ ਟੋਕੇ, ਉਹ ਨਹੀਂ ਹੈਗਾ। ਇਹ ਨਵਾਂ ਟੋਕਾ ਮੈਂ ਯੂਟਿਊਬ ਤੋਂ ਦੇਖਿਆ ਸੀਗਾ, ਇੰਪੋਰਟਡ ਟੋਕਾ, ਚਾਈਨੀਜ਼ ਆ ਮੇਰੇ ਖਿਆਲ। ਅਤੇ ਟੋਕਾ ਬਹੁਤ ਵਧੀਆ, ਸਪੀਡ ਬੜੀ ਹੈ, 3 ਦੀ ਮੋਟਰ ਆ। ਤੁਹਾਨੂੰ ਦਿਖਾਉਂਦਾ, ਤੁਹਾਨੂੰ ਧਾਰ ਦਾ ਕੰਮ ਨਿਬੇੜ ਕੇ ਅਤੇ ਫਿਰ ਤੁਹਾਨੂੰ ਮੈਂ ਦਿਖਾਉਂਦਾ। ਇਹਦੇ ਵੱਲ ਦੇਖੋ, ਆਹ ਜਿਹੜੀ ਦੇਖਦੀ ਆ, ਕੀ ਕਹਿੰਦੇ ਆ, ਇਹ ਵੀ ਦੇਖਦੀ ਕੀ ਚੀਜ਼ ਹੈ, ਕੈਮਰਾ ਕੀ ਹੈ ਕੀ ਨਹੀਂ। ਚਲੋ ਮੈਂ ਤੁਹਾਨੂੰ ਟੋਕਾ ਦਿਖਾਉਂਦਾ। ਹਾਂਜੀ ਦੋਸਤੋ, ਧਾਰਾਂ ਦਾ ਕੰਮ ਨਿਬੜ ਗਿਆ ਅਤੇ ਹੁਣ ਸਾਰੇ ਆਪਣੀ ਆਪਣੀ ਜਗ੍ਹਾ 'ਤੇ, ਇਹ ਵੀ ਆਪਣੀ ਜਗ੍ਹਾ 'ਤੇ ਖਲਾਰਾ ਪਾਉਣ ਦੇ ਹੀ ਆ, ਪੂਰਾ ਪੱਠੇ ਖਾਣ ਲੱਗ ਪਈ ਹੈ। ਮਾਸਾ ਜੀ ਹੈਗੀ ਹੈ, ਹੁਣ ਹੋ ਗਈ ਵੀ ਫਿਰ 2.5-3 ਮਹੀਨੇ ਦੀ ਹੋ ਗਈ ਹੈ, 3 ਮਹੀਨੇ ਦੀ ਹੋ ਗਈ, 2 ਤਰੀਕ ਨੂੰ 2 ਮਹੀਨੇ ਦੀ ਹੋ ਗਈ। ਉੱਪਰਲੇ ਦੇਣੇ ਦੇ ਫਾਲਤੂ ਹੋ ਗਏ, ਰਾਤ ਦੀ ਸਾਰੀ ਲਿਬੜੀ ਪਈ ਹੈ। ਬੈਠੇ ਆ ਪੱਕੀ ਜਗ੍ਹਾ 'ਤੇ ਪਰ ਪੂਰਾ ਗੰਦ ਪਾਉਂਦੇ ਆ, ਆਰਾਮ ਨਾਲ ਬਹਿ ਕੇ ਆਪਣਾ ਆਪਣਾ ਕੰਮ ਖਾਂਦੇ ਆ, ਪੱਠੇ ਖਾਂਦੇ ਆ। ਹੁਣ ਮੈਂ ਤੁਹਾਨੂੰ ਟੋਕਾ ਦਿਖਾਵਾਂ, ਕਿ ਨਵੀਂ ਤਕਨੀਕ ਦਾ ਟੋਕਾ। ਇਹ ਪਰਮਾਤਮਾ ਦੀ ਕਿਰਪਾ ਹੋਈ ਅਤੇ ਟੋਕਾ ਮੇਰਾ, ਮੈਨੂੰ ਬੜੀ ਲੋੜ ਸੀ ਟੋਕੇ ਦੀ। ਆ ਲਓ, ਤੁਸੀਂ ਦੇਖਿਆ ਨਹੀਂ ਹੋਣਾ ਜਾਂ ਯੂਟਿਊਬ 'ਤੇ ਦੇਖਿਆ ਹੋਊਗਾ, ਇਹਦੇ ਗੋਏ ਗੇਅਰ ਬੋਕਸ ਵੀ ਹੈ ਔਰ ਬਲੇਡ ਬੜੇ ਹੈਵੀ ਬਲੇਡ ਹੈ ਇਹਦੇ। ਆਹ ਮੋਟਰ ਹੈ ਇਹਦੀ, ਨੀਚੇ 3 HP ਦੀ ਮੋਟਰ ਹੈ। ਔਰ ਇਹ ਮੈਂ ਮੰਗਵਾਇਆ ਜੀ ਕੱਲ੍ਹ ਕੋਟਕਪੂਰੇ ਤੋਂ। 3 HP ਦੀ ਮੋਟਰ ਆ ਔਰ ਬੜੀ ਫਾਸਟ, ਕੱਲ੍ਹ ਚਲਾ ਕੇ ਦੇਖਿਆ, ਹੁਣ ਅਜੇ ਕਨੈਕਸ਼ਨ ਨਹੀਂ ਦਿੱਤਾ ਇਹਨੂੰ। ਔਰ ਬਹੁਤ ਮੋਟੇ ਬਲੇਡ ਆ ਇਹਦੇ, ਆ ਜਿਹੜੇ ਬਹੁਤ ਮੋਟੇ ਔਰ ਤੀਖੇ, ਬਹੁਤ ਹੈਵੀ ਯੰਤਰ ਹੈ, ਬਹੁਤ ਹੈਵੀ, ਥੋੜ੍ਹਾ ਨਹੀਂ ਬਹੁਤ ਹੈਵੀ ਮਸ਼ੀਨ ਹੈ। ਪਰ ਜਿਹੜੀ ਪਹਿਲਾਂ ਮਸ਼ੀਨਾਂ ਆਉਂਦੀਆਂ ਸੀਗੀਆਂ ਉਹ ਹੋਰ ਚੀਜ਼ ਹੈ, ਇਹ ਹੋਰ ਚੀਜ਼ ਹੈ। ਇਹਦੇ ਵਿੱਚ ਤਾਂ ਲੱਕੜ ਵੀ ਦਊਂਗੇ ਤੁਸੀਂ, ਲੱਕੜ ਵੀ ਕਟੋ ਜੂਗੇ ਔਰ ਗੰਨਾ ਗੁੰਨਾ ਜੋ ਮਰਜ਼ੀ ਦਿਓ ਸਭ ਕੁਤਰ ਦੇਣਾ ਇਹਨੇ। ਬੜੀ ਬਹੁਤ ਵਧੀਆ ਚੀਜ਼, ਫਿਨਿਸ਼ਿੰਗ ਸੋਹਣੀ ਆ, ਟਾਇਰ ਲੱਗੇ ਹੋਏ, ਥੱਲੇ ਟਾਇਰ ਲੱਗੇ ਇਹਦੇ, ਪਿੱਛੋਂ ਗਾਲਾ ਲਾਉਣਾ, ਇੱਥੋਂ ਗਾਲਾ, ਇੱਥੋਂ ਗਾਲਾ ਲਾ ਕੇ ਅਤੇ ਫਰੰਟ ਤੋਂ ਨਿਕਲ ਜਾਣਾ। ਆਹ ਤਾਰ ਹੈ, ਆਹ ਗੇਅਰ ਆ, ਗਰਾਰੀਆਂ 2-3 ਲੱਗੀਆਂ ਥੱਲੇ, ਅਤੇ ਆਹ ਮੋਟਰ ਹੈ। ਬੜੀ ਫਿਨਿਸ਼ਿੰਗ ਸੋਹਣੀ, ਜੁਗਾੜ ਦੀ ਛੋਟਾ ਜਿਹਾ ਜੁਗਾੜ ਹੈ ਜੀ। ਇਹ ਆਇਆ ਕੋਟਕਪੂਰੇ ਤੋਂ, ਕੱਲ੍ਹ ਮੰਗਵਾਇਆ ਮੈਂ 22,000 ਰੁਪਏ ਦਾ, ਅਤੇ ਸੋਹਣੀ ਚੀਜ਼ ਹੈ, ਬਾਕੀ ਚਲਾ ਕੇ ਪਤਾ ਲੱਗਣਾ।
ਹੈ ਤਾਂ ਚਾਈਨਾ ਦਾ ਪਰ ਇਹ ਛਿੱਬੜ ਐਗਰੀਕਲਚਰ ਇੰਪਲੀਮੈਂਟਸ ਹੈ, ਕੋਟਕਪੂਰੇ ਦਾ ਨਾਂ ਲਿਖਿਆ। ਚਲੋ ਇਹਦੀ ਮਸ਼ਹੂਰੀ ਕਰ ਦਿੰਦੇ ਹਾਂ। ਇਹਨਾਂ ਦਾ ਮੰਗਵਾਇਆ 22,000 ਰੁਪਏ ਦਾ ਦਿੱਤਾ, 23,000 ਰੁਪਏ ਮੰਗਦੇ ਸੀਗੇ। ਅਤੇ ਥੋੜ੍ਹਾ ਜਿਹਾ ਉਹਨਾਂ ਨੂੰ ਕੀਤਾ ਦੱਸਿਆ ਕਿ ਗਊ ਮਾਤਾ ਦੀ ਅਸੀਂ ਸੇਵਾ ਕਰੀ, ਅਤੇ ਫਿਰ 1,000 ਰੁਪਇਆ ਛੱਡ ਦਿੱਤਾ ਉਹਨਾਂ ਨੇ। ਚਲੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਟੋਕੇ ਤੋਂ ਬਿਨਾਂ ਮੇਰਾ ਆਪਣਾ ਕੰਮ ਨਹੀਂ ਸੀ ਸਰਦਾ ਪਿਆ। ਟੋਕੇ ਤੋਂ ਬਿਨਾਂ ਪੱਠੇ ਰੋਜ਼ ਮੈਨੂੰ ਬਾਜ਼ਾਰੋਂ ਲੈਣੇ ਪੈਂਦੇ। ਅਸੀਂ ਪਿੱਛੇ ਪੱਠੇ ਕਿਆਰੀਆਂ 'ਚ ਬਹੁਤ ਪੱਠੇ ਲਾਏ ਸੀਗੇ, ਮਤਲਬ ਐਮਰਜੈਂਸੀ ਲਈ ਪੱਠੇ ਲਾਏ ਸੀ। ਜੇ ਮੈਂ ਪੱਠੇ ਵੱਢਦਾ ਸੀ ਫਿਰ ਸਾਫਤੇ ਪਾਉਣੇ ਪੈਂਦੇ ਸੀ। ਥੋੜ੍ਹਾ ਚਿਰ ਤਾਂ ਮੈਂ ਦਾਤਰੀ ਨਾਲ ਕੱਟ ਕੇ ਪੱਠੇ, ਜਿੱਦਾਂ ਇੱਕ ਬੰਦੇ ਨੂੰ ਨਾਲ ਲਾ ਲੈਣਾ, ਜਿੱਦਾਂ ਟਾਇਲਾਂ ਵਾਲੇ ਬੰਦੇ ਨੂੰ ਮੈਂ ਨਾਲ ਲਾ ਕੇ ਅਤੇ ਦਾਤਰੀ ਨਾਲ ਵੱਢ ਵੱਢ ਕੇ ਛੋਟੇ ਛੋਟੇ ਪੀਸ ਕਰਕੇ ਪਾਏ। ਬੜਾ ਔਖਾ ਕੰਮ ਕੀਤਾ ਸੀਗਾ ਉਹ, ਮੇਰੇ ਲਈ ਬੜਾ ਔਖਾ ਸੀਗਾ। ਪੱਠੇ ਦੇ ਬਾਬੇ ਦੇ ਆਣ ਬੜੇ, ਇੱਧਰ ਵੀ ਹੋ ਗਏ ਪੱਠੇ, ਉਹ ਲਾਸਟ 'ਚ ਵੀ ਪੱਠੇ ਹੋ ਗਏ ਸਾਰੇ। ਪੱਠੇ ਬਹੁਤ ਹੋ ਗਏ ਹੁਣ, ਪੱਠੇ ਦੀ ਕੋਈ ਟੈਨਸ਼ਨ ਨਹੀਂ ਹੈਗੀ। ਬਰਸਾਤ ਫਰਸਾਤ 'ਚ ਪੱਠੇ ਦੀ ਕੋਈ ਟੈਨਸ਼ਨ ਨਹੀਂ, ਪੱਠੇ ਬਾਬੇ ਦੀ ਕਿਰਪਾ ਨਾਲ ਪੂਰੇ ਆ। ਪੱਠੇ ਕੁਤਰਨ ਦੀ ਟੈਨਸ਼ਨ ਸੀਗੀ, ਹੁਣ ਬਾਹਰੋਂ ਵੀ ਲੈ ਜਾਈਏ ਕਿਤੋਂ ਪੱਠੇ, ਬਾਜ਼ਾਰੋਂ ਪੱਠੇ ਬਹੁਤ ਮਹਿੰਗੇ ਮਿਲਦੇ, 6 ਰੁਪਏ ਕਿਲੋ ਪੱਠੇ ਆ। 3-4 ਡੰਗਰਾਂ ਵਾਲੀ ਰੋਜ਼ ਪੱਠੇ ਲੈਣੇ ਬੜੇ ਔਖੇ ਹੁੰਦੇ। ਹੁਣ ਤਾਂ ਲੋਕ 2 ਰੁਪਏ ਕਿਲੋ ਪੱਠੇ ਨਹੀਂ ਪੈਂਦੇ, ਬਾਜ਼ਾਰੋਂ ਸਾਨੂੰ ਮਹਿੰਗੇ ਪੈਂਦੇ ਆ। ਹੁਣ ਮੇਰਾ ਆਪਣਾ ਪੱਠਾ ਹੋ ਗਿਆ, ਜੇ ਮੈਂ ਕੋਸ਼ਿਸ਼ ਕਰਨੀ ਲਾਗੇ ਛਾਗੇ ਕਿਸੇ ਦੀ ਜਗ੍ਹਾ ਇੱਦਾਂ ਗੱਲਾਂ ਠੇਕੇ 'ਤੇ ਲੈ ਕੇ ਪੱਠੇ ਲਵਾ ਦੇਣੇ ਅਗਲੇ ਸਾਲ। ਕੱਲ੍ਹ ਇੱਕ ਹੋਰ ਚੀਜ਼ ਸੀ, ਭਿੰਡੀਆਂ ਦੇ ਬੂਟੇ ਨੂੰ ਕੀੜਾ ਪੈ ਗਿਆ ਸੀ, ਸੁੰਡੀ ਆ, ਪੱਤੇ ਹੋਏ ਨਾ ਖਰਾਬ ਔਰ ਭਿੰਡੀਆਂ ਨੂੰ ਕੀੜੇ ਪੈ ਗਏ ਆ। ਕੱਲ੍ਹ ਮੈਂ ਸਪਰੇਅ ਲਾ ਕੇ ਸਪਰੇਅ ਮੰਗਾ ਕੇ ਸਾਰੇ ਪਾਈ ਆ, ਬਤਾਊ ਵੀ ਖਰਾਬ ਹੋਣ ਲੱਗੇ ਸੀ। ਆਹਦੇ ਬਤਾਊ ਦੇ ਬੂਟੇ ਆਹ ਜਿਹੜੇ ਕੁਤਰਦੇ ਆ ਆਹ ਖਰਾਬ ਹੋ ਗਏ ਆ। ਬਤਾਊਆਂ ਨੂੰ, ਭਿੰਡੀਆਂ ਨੂੰ, ਸਾਰੀਆਂ ਤੋਰੀਆਂ ਸਾਰਿਆਂ ਨੂੰ ਮੈਂ ਕੱਲ੍ਹ ਸਪਰੇਅ ਮਾਰੀ ਆ, ਇਹਦੇ ਨਾਲ ਥੋੜ੍ਹਾ ਜਿਹਾ ਹੁਣ ਕੀੜਾ ਨਹੀਂ ਪਊਗਾ। ਹਰਿਆਲੀ ਦੇਖ ਲਓ, ਬਾਬੇ ਦੀ ਕਿਰਪਾ ਨਾਲ ਹਰਿਆਲੀ ਪੂਰੀ ਹੈ। ਆਹ ਨਿੰਮ ਦਾ ਬੂਟਾ, ਆਹ ਲੋਕੀ ਦੀ ਵੇਲ ਹੈ, ਇੱਕ ਇਹ ਲੋਕੀ ਦੀ ਵੇਲ, ਇੱਕ ਉਹ ਲੋਕੀ ਦੀ ਵੇਲ, ਇੱਕ ਦੋ ਪਰਲੇ ਪਾਸੇ ਆ, ਇੱਕ ਉੱਥੇ ਇੱਕ ਉੱਧਰ ਆ, ਉਹ ਕਰੇਲਿਆਂ ਦੀ ਵੇਲ, ਉੱਧਰ ਆ ਤੋਰੀਆਂ ਦੀ ਵੇਲ। ਆਹ ਭਿੰਡੀਆਂ ਦਾ ਕਿਆਰਾ, ਆਹ ਭਿੰਡੀਆਂ ਦਾ ਕਿਆਰਾ ਪੂਰਾ। ਜੇ ਹੋਰ ਕੋਈ ਦਵਾਈ ਹੁੰਦੀ ਹੈ ਕਿ ਬਤਾਊਆਂ ਵਾਲੀ ਵੱਖਰੀ ਹੁੰਦੀ ਤਾਂ ਤੁਸੀਂ ਪਲੀਜ਼ ਕਮੈਂਟ 'ਤੇ ਦੱਸਿਓ। ਚਲੋ ਬਲੌਗ ਦੀ ਸਮਾਪਤੀ ਕਰਦੇ ਜੀ ਅੱਜ। ਬਹੁਤ ਬਹੁਤ ਧੰਨਵਾਦ, ਤੁਹਾਡੀਆਂ ਅਰਦਾਸਾਂ ਸਦਕਾ ਕੰਮ ਚੱਲ ਰਿਹਾ ਜੀ। ਗਊ ਮਾਤਾ ਦੀ ਸੇਵਾ, ਅਸੀਂ ਤਾਂ ਕੁਛ ਵੀ ਹੈ ਨਹੀਂ, ਪਰਮਾਤਮਾ ਨੇ ਮਾੜਾ ਮੋਟਾ ਇਸ ਲਾਇਕ ਸਮਝਿਆ, ਸੇਵਾ ਕਰਾਈ ਜਾਂਦੇ। ਔਰ ਕਿਤੇ ਵੀ ਮੇਰਾ ਕੋਈ ਯਾਰ ਦੋਸਤ, ਕਿਤੇ ਵੀ ਕੋਈ ਗਊ ਮਾਤਾ ਨੂੰ ਦੇਖਦਾ, ਕੋਈ ਸੱਟ ਲੱਗਾ ਜਾਂ ਕਿਸੇ ਨੂੰ ਲੋੜ ਹੈ, ਸਾਡੀ ਲੋੜ ਹੈ, ਗਊ ਮਾਤਾ ਹੋਵੇ ਜਾਂ ਕੋਈ ਵੀ ਜਾਨਵਰ ਹੋਵੇ, ਮੇਰੇ ਤੱਕ ਸੰਪਰਕ ਕਰ ਲਿਓ। ਮੇਰਾ ਤਕਰੀਬਨ ਨੰਬਰ ਸਾਰਿਆਂ ਤੋਂ ਹੈ ਹੀ ਹੈ, ਦੱਸੋ ਐਡੀ ਨਹੀਂ ਕੋਈ ਗੱਲ, ਨੇੜੇ ਤੇੜੇ ਜੇ ਨੰਬਰ ਮੇਰਾ ਲੈਣਾ ਵੀ ਹੈ ਤਾਂ 99-142-18-909 99-142-18-909 ਮੇਰਾ ਨੰਬਰ, ਮੇਰੇ ਨਾਲ ਕੋਈ ਵੀ ਸੰਪਰਕ ਕਰ ਲਿਓ। ਕੋਈ ਗਊ ਮਾਤਾ ਕੋਈ ਸੱਟ ਲੱਗੀ ਹੋਵੇ ਜਾਂ ਕਿਸੇ ਦੇ ਕੀੜੇ ਪਏ ਹੋਣ ਜਾਂ ਕਿਸੇ ਦੀ ਵਾਕਿਆ ਕਿਸੇ ਨੂੰ ਲੋੜ ਹੋਵੇ ਜਾਨਵਰ ਨੂੰ ਸਾਡੀ, ਅਤੇ ਮੇਰੇ ਨਾਲ ਸੰਪਰਕ ਕਰਕੇ ਕੋਸ਼ਿਸ਼ ਕਰੋ ਮੇਰੇ ਤੱਕ ਪਹੁੰਚਾ ਦਿਓ, ਔਖੇ ਸੌਖੇ, ਨਹੀਂ ਤਾਂ ਮੇਰੇ ਕੋਲ ਕਨਵੈਂਸ ਹੈਗੇ ਕੋਈ ਐਡੀ ਵੀ ਕੋਈ ਗੱਲ ਨਹੀਂ, ਮੇਰੀ ਹੈਲਪ ਕਰਕੇ ਮੇਰੇ ਤੱਕ ਪਹੁੰਚਾ ਦਿਓ, ਜਾਂ ਮੇਰੀ ਗੱਡੀ ਬੁਲਾ ਲਓ, ਮੈਂ ਗੱਡੀ ਭੇਜ ਦਾਂਗਾ, ਬੰਦੇ ਭੇਜ ਦਾਂਗੇ, ਤੁਸੀਂ ਮਾੜੀ ਮੋਟੀ ਮਦਦ ਕਰਾ ਕੇ ਲੋਡ ਕਰਾ ਦਿਓ, ਬਾਕੀ ਸਾਡਾ ਕੰਮ। ਮੈਨੂੰ ਪਤਾ ਨਹੀਂ ਮੇਰੀ ਰਾਧਾ ਮਾਤਾ ਨੇ, ਰਾਧਾ ਰਾਣੀ ਨੇ ਕੋਈ ਕਿਰਪਾ ਇਹੋ ਜਿਹੀ ਕੀਤੀ ਹੈ, ਰੋਟੀ ਸੋਹਣੀ ਚੱਲਣ ਦੀ ਹੈ,
ਉਹ ਸੇਵਾ ਸੋਹਣੀ ਚੱਲਦੀ ਪਈ ਆ, ਕੋਈ ਦਿੱਕਤ ਨਹੀਂ ਕਿਸੇ ਚੀਜ਼ ਦੀ, ਦਿੱਕਤ ਨਹੀਂ, ਮੇਰਾ ਪਰਿਵਾਰ ਮੇਰੀ ਪੂਰੀ ਹੈਲਪ ਕਰਦਾ ਇਸ ਮਸਲੇ 'ਚ, ਅਤੇ ਬਸ ਕਿਰਪਾ ਆ ਪ੍ਰਭੂ ਦੀ, ਕੁਛ ਨਾ ਕੁਛ ਤਾਂ ਦੇਖਿਆ ਉਹ ਪ੍ਰਭੂ ਨੇ, ਚੱਲੀ ਜਾਂਦਾ। ਕੱਲ੍ਹ ਮੈਨੂੰ ਸਭ ਤੋਂ ਜ਼ਰੂਰੀ ਚੀਜ਼ ਸੀਗੀ, ਮੈਨੂੰ ਟੋਕਾ ਮਿਲ ਗਿਆ, ਹੁਣ ਪੱਠੇ ਕੁੱਦਣ ਦੀ ਕੋਈ ਦਿੱਕਤ ਨਹੀਂ। ਹੁਣ ਮੈਂ ਇਸ ਤੋਂ ਬਾਅਦ ਮੇ ਵੀ ਥੋੜ੍ਹੇ ਦਿਨ ਤੱਕ 15-20 ਦਿਨ ਮਹੀਨੇ ਤੱਕ ਮੈਂ ਇੱਕ ਧਾਰ ਚੋਣ ਵਾਲੀ ਮਸ਼ੀਨ ਲੈਣੀ ਹੈ, ਧਾਰ ਚੋਣ ਲੱਗੇ ਬੜੀ ਦਿੱਕਤ ਆਉਂਦੀ ਹੈ। ਸੋ ਕੱਲ੍ਹ ਮੇਰਾ ਇੱਕ ਦੋਸਤ ਆਇਆ ਸੀਗਾ, ਮੈਨੂੰ ਉਹਨੇ ਪੱਠੇ ਦੇਣੇ ਸੀ, ਮੈਂ ਸਗੋਂ ਉਹਨੂੰ ਨਾ ਕਰਤੀ, ਮੇਰਾ ਨਾਰਾਜ਼ ਹੋ ਗਿਆ, ਕਹਿੰਦਾ ਵੀ ਪੰਡਿਤ ਜੀ ਨੇ ਦੱਸਿਆ ਮੈਨੂੰ ਆਪਣੇ ਵਜਨ ਨਾਲ ਡਬਲ ਪੱਠੇ ਦੇਣੇ। ਮੈਂ ਉਹ ਤਾਂ ਨਹੀਂ ਲਏ ਕਿ ਅਸੀਂ ਦੁੱਧ ਪੀਂਦੇ ਹਾਂ ਗਾਂ ਦਾ, ਕਿਉਂ ਗਾਂ ਮਾਤਾ ਹੁਣ ਦੁੱਧ ਦੇਣ ਲੱਗ ਪਈ ਤਾਂ ਗਾਂ ਦਾ ਦੁੱਧ ਪੀਂਦੇ, ਉਹਦੇ ਕਰਕੇ ਫਿਰ ਉਹ ਭਾਰ ਚੜ੍ਹਦਾ ਆਪਣੇ 'ਤੇ, ਜੇ ਦੁੱਧ ਨਾ ਪੀਂਦੇ ਹੋਣੇ ਫਿਰ ਕੋਈ ਦਿੱਕਤ ਨਹੀਂ ਸੀਗੀ, ਅਤੇ ਉਹ ਦੁੱਧ ਪੀਣ ਕਰਕੇ ਸਗੋਂ ਮੈਨੂੰ ਨਾ ਕਰਤੀ, ਉਹ ਮੇਰੇ ਨਾਲ ਗੱਲ ਦਾ ਨਵਾਜ਼ ਹੋ ਗਿਆ, ਉਹਦੇ ਲਈ ਵੀ ਸੋਰੀ ਹੈ ਯਾਰ, ਹੈ ਨਾ। ਚਲੋ ਗਾਇਸ, ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੀ ਵੀਡੀਓ ਦੇਖਦੇ ਹੋ, ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਸਬਸਕ੍ਰਾਈਬਰ ਵਧਾ ਦਿਓ ਮੇਰੇ, ਬੜੀ ਮਿਹਰਬਾਨੀ, ਇੱਕ ਦੂਜੇ ਨੂੰ ਅੱਗੇ ਦੱਸਿਆ ਕਰੋ ਯਾਰ, ਗਊ ਮਾਤਾ ਦੀ ਸੇਵਾ ਕਰਦੇ ਅਤੇ ਥੋੜ੍ਹਾ ਜਿਹਾ ਆਪਣਾ ਅੰਦਰੋਂ ਤਾਕਤ ਮਿਲਦੀ ਹੈ, ਐਨਰਜੀ ਮਿਲਦੀ ਹੈ, ਅਤੇ ਇਸ ਕਰਕੇ ਬਹੁਤ ਬਹੁਤ ਧੰਨਵਾਦ। ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗਦੀ ਹੈ, ਮਾੜੀ ਚੰਗੀ ਕੁਛ ਤਾਂ ਦੱਸਿਆ ਕਰੋ ਕਿ ਵੀਡੀਓ ਐਂ ਕਰੋ ਜਾਂ ਕੁਛ ਵੀ ਚੇਂਜਿੰਗ ਕਰਨੀ ਜਾਂ ਕੁਛ ਵੀ ਕੰਟੈਂਟ ਚੇਂਜ ਕਰਨਾ ਜਾਂ ਕੁਛ ਵੀ ਹੈ। ਇਸ ਲਈ ਬਹੁਤ ਬਹੁਤ ਧੰਨਵਾਦ, ਜੈ ਹਿੰਦ, ਜੈ ਭਾਰਤ, ਜੈ ਪੰਜਾਬ, ਜੈ ਸ਼੍ਰੀ ਰਾਮ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।